ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੈਨੇਡਾ ਲਾਈਫ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਜੇ ਇਸ ਚੈਨਲ ਦੀਆਂ ਵੀਡੀਓਜ਼ ਤੁਸੀਂ ਲਾਈਕ ਕਰਦੇ ਹੋ ਤਾਂ ਇਹਨੂੰ ਲਾਈਕ, ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ। ਅੱਜ ਆਪਾਂ ਕਰਨ ਲੱਗੇ ਹਾਂ DIY, ਉਹ ਆਪਾਂ ਇਸ ਤੋਂ ਬਣਾਉਣ ਲੱਗੇ ਹਾਂ ਜੋ ਆਪਣਾ ਓਵਰ ਡੋਰ ਔਰਗਨਾਈਜ਼ਰ ਹੁੰਦਾ। ਇਹ ਮੇਰੇ ਕੋਲ ਬਹੁਤ ਟਾਈਮ ਦਾ ਪਿਆ ਸੀ, ਮੈਂ ਵਾਲਮਾਰਟ ਤੋਂ ਬਾਏ ਕੀਤਾ ਸੀ, ਪਰ ਮੈਨੂੰ ਐਗਜੈਕਟ ਇਹਦੀ ਪ੍ਰਾਈਸ ਹੁਣ ਜ਼ਿਆਦਾ ਨਹੀਂ ਹੈਗੀ। ਪਰ ਇਹ ਐਕਚੁਲੀ ਮੇਰੇ ਇਹਨਾਂ ਯੂਜਸ ਦੇ ਵਿੱਚ ਨਹੀਂ ਆਇਆ, ਉਹਦਾ ਵੀ ਮੈਂ ਤੁਹਾਨੂੰ ਰੀਜ਼ਨ ਦੱਸ ਦਿੰਦੀ ਹਾਂ, ਕਿਉਂਕਿ ਇਹ ਥੋੜ੍ਹਾ ਜਿਹਾ ਜ਼ਿਆਦਾ ਲੰਬਾ ਹੋ ਜਾਂਦਾ ਡੋਰ ਦੇ ਪਿੱਛੇ, ਬਿਲਕੁਲ ਡੋਰ ਨੂੰ ਪਿੱਛੋਂ ਕਵਰ ਕਰਦਾ ਹੈ। ਸੋ ਬੱਚਿਆਂ ਵਾਲੇ ਘਰੇ ਬੱਚੇ ਜਿੱਦਾਂ ਪਿੱਛੋਂ ਕੁਛ ਨਾ ਕੁਛ ਚੀਜ਼ ਜਿਹੜੀਆਂ ਹੇਠਾਂ ਵਾਲੇ ਜੋ ਵੀ ਔਰਗਨਾਈਜ਼ਰ ਹੁੰਦੇ ਆ ਉਹਨਾਂ ਦੇ ਵਿੱਚੋਂ ਕੱਢ ਲੈਂਦੇ ਆ। ਸੋ ਮੈਂ ਇਹਨੂੰ ਬੰਦ ਕਰਕੇ ਰੱਖ ਦਿੱਤਾ ਸੀਗਾ। ਸੋ ਹੁਣ ਮੇਰੇ ਦਿਮਾਗ ਦੇ ਵਿੱਚ ਇੱਕ ਆਈਡੀਆ ਆਇਆ ਕਿ ਮੈਂ ਇਸ ਤੋਂ ਹੋਰ ਕੀ ਚੀਜ਼ ਬਣਾਵਾਂ, ਕਿਉਂਕਿ ਹੁਣ ਹੌਲੀਡੇ ਆ ਰਹੀਆਂ ਅੱਗੇ, ਠੰਡ ਦਾ ਸੀਜ਼ਨ ਆ, ਅਤੇ ਜਿੱਦਾਂ ਹੁਣ ਬੱਚੇ ਗੱਡੀ ਦੇ ਵਿੱਚ ਬੈਠਦੇ ਆ, ਬੱਚੇ ਟੋਇਸ ਲੈ ਜਾਂਦੇ ਆ, ਬੁੱਕਸ ਲੈ ਜਾਂਦੇ ਆ, ਸੋ ਉਹ ਕੀ ਹੁੰਦਾ ਕਿ ਪੂਰੀ ਗੱਡੀ ਦੇ ਵਿੱਚ ਲਾਈਕ ਖਿਲਰ ਜਾਂਦੇ ਹੈਗੇ ਆ। ਸੋ ਉਸ ਚੀਜ਼ ਨੂੰ ਕਵਰ ਕਰਨ ਲਈ ਮੈਂ ਇਸ ਓਵਰ ਡੋਰ ਔਰਗਨਾਈਜ਼ਰ ਨੂੰ ਉਹਦੇ ਵਿੱਚ ਟਰਨ ਕਰਨ ਲੱਗੀ ਹਾਂ, ਕਾਰ ਬੈਕ ਸੀਟ ਔਰਗਨਾਈਜ਼ਰ ਦੇ ਵਿੱਚ। ਹੁਣ ਦੇਖੋ ਮੈਂ ਇਹਨੂੰ ਹਾਫ ਤੋਂ ਕੱਟ ਕਰ ਲਿਆ ਹੈਗਾ ਆ। ਪਹਿਲਾਂ ਮੈਂ ਆਪਣੀ ਗੱਡੀ ਦੇ ਵਿੱਚ ਜਾ ਕੇ ਬੈਕ ਸੀਟ ਤੋਂ, ਡਰਾਈਵਰ ਬੈਕ ਸੀਟ ਤੋਂ ਜਿੱਦਾਂ ਮੈਂ ਲਾਉਣਾ ਹੈਗਾ, ਆਪਾਂ ਦੂਜੀ ਸਾਈਡ ਤੇ ਵੀ ਲਾ ਸਕਦੇ ਹਾਂ, ਸੇਮ ਹੀ ਉਹਨਾਂ ਦੀ ਲੰਬਾਈ ਚੜਾਈ ਹੁੰਦੀ ਆ। ਪਹਿਲਾਂ ਮੈਂ ਉਹਦਾ ਸਾਈਜ਼ ਕਰ ਲਿਆ, ਉਸ ਤੋਂ ਬਾਅਦ ਮੈਂ ਇਹਦਾ ਸਾਈਜ਼ ਹੁਣ ਦੇਖ ਰਹੀ ਹਾਂ ਕਿ ਇਹਦਾ ਸਾਈਜ਼ ਕਿੰਨਾ ਉਹਦੇ ਲਈ ਪਰਫੈਕਟ ਆਉਂਦਾ ਆ। ਸੋ ਇਹ ਜਿੱਦਾਂ ਮੈਂ 6 ਇਹਦੇ ਸੀਗੇ ਪਾਰਟ, ਮੈਂ ਇਹਦੇ 3 ਅਲੱਗ ਕੱਟਦੇ ਹੈਗੇ ਆ, ਮੈਨੂੰ 3 ਹੋ ਹੀ ਚਾਹੀਦੇ ਆ। ਸੋ ਜਿਹੜੇ ਆਪਣੇ ਦੂਜਾ ਵਾਲਾ ਪਾਰਟ ਆ ਉਹ ਵੀ ਆਪਾਂ ਕਿਤੇ ਯੂਜ਼ ਕਰਾਂਗੇ, ਉਹ ਇੱਕ ਹੋਰ ਅਲੱਗ ਵੀਡੀਓ ਉਹਦੀ ਆਊਗੀ। ਸੋ ਇਹ ਆਪਣਾ ਪੂਰਾ ਪੂਰਾ ਲਾਈਕ ਠੀਕ ਆਇਆ ਆ। ਇਹ ਵਾਲਾ ਜਿਹੜਾ ਬੈਗ ਸੀਗਾ ਇਹ ਮੇਰੇ ਕੋਲ ਜਿੱਦਾਂ ਫਾਲਤੂ ਸੀਗਾ, ਕੱਪੜਿਆਂ ਵਾਲਾ ਸੁੱਟਣਾ ਹੀ ਸੀਗਾ, ਪਰ ਆਹ ਵਾਲੀ ਜਿਹੜੀ ਇਹਦੇ ਉੱਪਰ ਰੀਬਨ ਲੱਗਾ ਆ ਜਾਂ ਹੈਂਡਲ ਲੱਗਾ ਆ, ਇਹ ਬਹੁਤ ਜ਼ਿਆਦਾ ਸਟਰੋਂਗ ਆ। ਸੋ ਤੇ ਇਹ ਬਹੁਤ ਵਧੀਆ ਵੀ ਹੈ, ਜਿੱਦਾਂ ਸ਼ਾਈਨੀ ਆ, ਤੇ ਇਹਨੂੰ ਮੈਂ ਇਹਦੇ ਵਿੱਚ ਯੂਜਸ ਦੇ ਵਿੱਚ ਲੈ ਕੇ ਆਉਂਦਾ, ਕਿਉਂਕਿ ਆਪਾਂ ਪਿੱਛੋਂ ਟੰਗਣਾ ਵੀ ਹੈਗਾ ਇਹਨੂੰ ਔਰਗਨਾਈਜ਼ਰ ਨੂੰ। ਸੋ ਤੇ ਮੈਂ ਇਹਨੂੰ ਜੇ ਆਪਣੇ ਕੋਲੇ ਮਸ਼ੀਨ ਹੈਗੀ ਆ ਕੱਪੜੇ ਸੀਨ ਵਾਲੀ ਤਾਂ ਆਪਾਂ ਉਹਦੇ ਨਾਲ ਵੀ ਸੀਨਾ ਲਾ ਸਕਦੇ ਹਾਂ, ਨੋ ਪ੍ਰੋਬਲਮ, ਪਰ ਮੈਂ ਇੱਥੇ ਹੌਟ ਗਲੂ ਯੂਜ ਕੀਤੀ ਆ। ਜੇ ਨਹੀਂ ਵੀ ਤੁਹਾਡੇ ਕੋਲੇ ਹੈਗੀ ਤਾਂ ਹੌਟ ਗਲੂ ਯੂਜ ਕਰ ਸਕਦੇ ਹਾਂ। ਸੋ ਮੈਂ ਇੱਥੇ ਹੌਟ ਗਲੂ ਯੂਜ ਕੀਤੀ ਆ। ਸੋ ਉਹਨੂੰ ਮੈਂ ਹੌਟ ਗਲੂ ਦੇ ਨਾਲ ਜਿਹੜੇ ਹੈਂਡਲ ਆ ਪਹਿਲਾਂ ਮੈਂ ਉਹਦਾ ਸਾਈਜ਼ ਕਰਕੇ, ਸੋ ਮੈਂ ਉਹਨੇ ਉਹਨੇ ਤੱਕ ਉੱਥੇ ਹੌਟ ਗਲੂ ਲਗਾ ਦਿੱਤੀ ਆ। ਫਿਰ ਮੈਂ ਕੀ ਕੀਤਾ ਹੈਗਾ, ਆਮ ਤੁਹਾਡੇ ਸਾਹਮਣੇ ਆ ਕਿ ਮੈਂ ਇੱਥੇ ਹੌਟ ਗਲੂ ਲਗਾ ਰਹੀ ਹਾਂ। ਹੌਟ ਗਲੂ ਆਪਾਂ ਨੂੰ ਡਾਲਰਾਮਾ ਤੋਂ ਮਿਲ ਜਾਂਦੀ ਹੈ, ਸੋ ਇਹ ਕੋਈ ਆਪਾਂ ਨੂੰ ਜ਼ਿਆਦਾ ਐਕਸਪੈਂਸਿਵ ਵੀ ਲੈਣ ਦੀ ਜ਼ਰੂਰਤ ਨਹੀਂ ਹੈ, ਜਿੱਦਾਂ ਘਰ ਦੇ ਛੋਟੇ ਮੋਟੇ ਕੰਮਾਂ ਦੇ ਵਿੱਚ ਆਪਾਂ ਨੂੰ ਆਪਾਂ ਯੂਜ਼ ਕਰ ਸਕਦੇ ਹਾਂ, ਜੇ ਆਪਣੇ ਕੋਲ ਮਸ਼ੀਨ ਨਹੀਂ ਹੈਗੀ ਜਾਂ ਆਪਾਂ ਨੂੰ ਉੱਦਾਂ ਵੀ ਕੰਮ ਇਹ ਆਈ ਜਾਂਦੀ ਆ, ਇਹ ਜ਼ਰੂਰ ਆਪਾਂ ਨੂੰ ਘਰ ਵਿੱਚ ਲੈ ਕੇ ਰੱਖਣੀ ਚਾਹੀਦੀ ਆ। ਸੋ ਮੈਂ ਇੱਥੇ ਹੁਣ ਇਹ ਆਪਾਂ ਹੈਂਡਲ ਲਾ ਲੈਣਾ ਆ, ਫਿਰ ਹੈਂਡਲ ਲਾ ਕੇ ਉਸ ਤੋਂ ਬਾਅਦ ਹੁਣ ਕਿਉਂਕਿ ਇਹ ਪੋਕਿਟਸ ਥੋੜੀਆਂ ਜਿਹੀਆਂ ਵੱਡੀਆਂ
ਬੱਚਿਆਂ ਦੇ ਵਿੱਚ ਪਾਣੀ ਦੀ ਬੋਟਲ ਵੀ ਰੱਖਣੀ ਹੁੰਦੀ ਆ, ਜਾਂ ਇਹਦੇ ਵਿੱਚ ਕੀ ਹੈਗਾ ਜਿੱਦਾਂ ਹੁਣ ਸਰਦੀਆਂ ਦਾ ਮੌਸਮ ਆ, ਮੀਂਹ ਬਹੁਤ ਪੈਂਦਾ, ਇਹਦੇ ਵਿੱਚ ਆਪਾਂ ਅੰਬਰੇਲਾ ਵੀ ਰੱਖ ਸਕਦੇ ਹਾਂ ਤਾਂ ਕਿ ਗੱਡੀ ਆਪਣੀ ਵਿੱਚੋਂ ਵੈਟ ਨਾ ਹੋਵੇ। ਸੋ ਜੋ ਮਰਜ਼ੀ ਬੁੱਕਸ ਰੱਖ ਸਕਦੇ ਹਾਂ, ਕਰੇਓਨਸ ਰੱਖ ਸਕਦੇ ਹਾਂ, ਟੋਇਸ ਰੱਖ ਸਕਦੇ ਹਾਂ, ਜੋ ਮਰਜ਼ੀ। ਇੱਕ ਇਹਦੀ ਇੱਕ ਹੋਰ ਖਾਸ ਗੱਲ ਆ ਕਿ ਇਹ ਵਿਜ਼ੀਬਲ ਆ, ਭਾਵੇਂ ਤੁਸੀਂ ਖਾਣ ਨੂੰ ਵਿੱਚ ਇਹਦੇ ਪਾ ਕੇ ਰੱਖ ਦਿਓ, ਜਿੱਪਰ ਬੈਗ ਦੇ ਵਿੱਚ ਪਾ ਕੇ ਅੱਗੇ ਇਹਦੇ ਪਾ ਦਿਓ, ਬੱਚੇ ਆਰਾਮ ਨਾਲ ਲੈ ਸਕਦੇ ਇਹਦੇ ਵਿੱਚੋਂ, ਇੱਦਾਂ ਨਹੀਂ ਹੈਗਾ। ਜਿਹੜੇ ਦੂਜੇ ਮੈਂ ਚੈੱਕ ਕੀਤੇ ਸੀਗੇ ਔਨਲਾਈਨ ਵੀ ਸਟੋਰ ਤੇ ਵੀ, ਉਹ ਬਲੈਕ ਦੇ ਵਿੱਚ ਆਉਂਦੇ ਆ, ਉਹਦੇ ਮੈਨੂੰ ਲੱਗਿਆ ਕਿ ਬੱਚਿਆਂ ਨੂੰ ਦੇਖਣ ਲਾਈਕ ਬੱਚੇ ਇੱਕ ਚੀਜ਼ ਕੱਢਦੇ ਆ ਫਿਰ ਦੂਜੀ ਕੱਢਦੇ ਆ, ਇਹ ਵਿਜ਼ੀਬਲ ਹੈਗਾ, ਇਹ 'ਚ ਬੱਚੇ ਆਰਾਮ ਨਾਲ ਬਾਹਰੋਂ ਹੀ ਦਿਸਦਾ ਹੁੰਦਾ। ਹੁਣ ਜਿਹੜੀ ਆਹ ਵਾਲੀ ਇੱਕ ਪੋਕਟ ਆ, ਪਰ ਆਪਾਂ ਇਹਨੂੰ ਦੋ ਬਣਾਉਣ ਲੱਗੇ ਆ ਹੌਟ ਗਲੂ ਲਗਾ ਕੇ, ਕਿਉਂਕਿ ਇਹਦੇ ਵਿੱਚ ਪਾਣੀ ਦੀ ਬੋਟਲ ਆਰਾਮ ਨਾਲ ਪੈ ਸਕਦੀ ਆ। ਸੋ ਫਿਰ ਆਪਾਂ ਪਾਣੀ ਦੀ ਬੋਟਲ ਲਈ ਇਹ ਬਣਾ ਰਹੇ ਹਾਂ ਟੂ ਪੋਕਟਸ। ਜਿਹੜੀ ਹੇਠਾਂ ਵਾਲੀ ਆ ਉਹ ਜਿੱਦਾਂ ਬੁੱਕਸ ਜਾਂ ਆਈਪੈਡ ਇੱਦਾਂ ਦੀਆਂ ਚੀਜ਼ਾਂ ਉਹਦੇ ਵਿੱਚ ਆਪਾਂ ਰੱਖ ਸਕਦੇ ਹਾਂ। ਹੁਣ ਤੁਸੀਂ ਦੇਖੋਗੇ ਕਿ ਮੈਂ ਹੌਟ ਗਲੂ ਲਗਾ ਲਈ ਆ, ਹੁਣ ਕੀ ਕਰਨਾ ਆ, ਕਿਉਂਕਿ ਆਪਾਂ ਨੂੰ ਬੋਟਮ ਵਾਲੀ ਸਾਈਡ ਤੇ ਵੀ ਆਹ ਵਾਲਾ ਰਿਬਨ ਚਾਹੀਦਾ, ਜਿਹੜਾ ਦੂਜੇ ਵਾਲਾ ਹੈਂਡਲ ਆ ਉਹ ਮੈਂ ਕੱਟ ਲਿਆ, ਕਿਉਂਕਿ ਇਹ ਫਿਰ ਹੇਠਾਂ ਤੋਂ ਨਹੀਂ ਤਾਂ ਆਪਣੇ ਵੱਲ ਨੂੰ ਦੂਜੀ ਸਾਈਡ ਵੱਲੀ ਨੂੰ, ਕਿਉਂਕਿ ਜਦੋਂ ਚੀਜ਼ਾਂ ਪਾ ਦਿੰਦੇ ਆ ਤੇ ਭਾਰਾ ਹੋ ਜਾਂਦਾ, ਸੋ ਫਿਰ ਉਹ ਥੱਲੇ ਨੂੰ ਜਿੱਦਾਂ ਆਉਂਦਾ ਆ, ਪਰ ਇਹਨੂੰ ਆਪਾਂ ਇੱਥੇ ਲਾ ਕੇ ਸੀਟ ਦੇ ਹੇਠਾਂ ਵਾਲੇ ਪਾਸੇ ਆਪਾਂ ਟਾਈ ਕਰ ਸਕਦੇ ਹਾਂ, ਜਾਂ ਫਿਰ ਇੱਕ ਹੋਰ ਵੀ ਕਰ ਸਕਦੇ ਹੋ, ਇੱਥੇ ਸਾਈਡਾਂ ਤੋਂ ਲਾ ਕੇ ਇਲਾਸਟਿਕ ਲਾ ਕੇ ਸੀਟ ਦੇ ਉੱਪਰ ਦੀ, ਉਹ ਵੀ ਕਰ ਸਕਦੇ ਆ, ਪਰ ਮੈਂ ਜਿੱਦਾਂ ਇੱਦਾਂ ਇਹਨੂੰ ਲਾ ਕੇ ਇਹੀ ਕੀਤਾ ਆ, ਪਰ ਮੈਂ ਇੱਦਾਂ ਕਰਨਾ ਆ ਜਿਹੜੇ ਵਿੱਚ ਵਾਲੇ ਹੈਗੇ ਆ, ਕਿਉਂਕਿ ਉੱਥੋਂ ਵੀ ਫਿਰ ਹੁੰਦਾ ਆ ਉਹਨੂੰ ਟਾਈ ਮੈਂ ਕਰਨਾ ਹੈਗਾ ਪਿੰਨ ਦੇ ਨਾਲ, ਜਿਹਦੇ ਨਾਲ ਆਪਾਂ ਦੁਪੱਟਾ ਠੀਕ ਕਰਦੇ ਹਾਂ, ਉਹ ਪਿੰਨ ਲਗਾ ਦੇਣੀ ਆ, ਉਹ ਆਰਾਮ ਨਾਲ ਲੈ ਸਕਦੇ ਆ, ਕੋਈ ਆਪਾਂ ਨੂੰ ਉਹਦੀ ਗੱਲ ਨਹੀਂ ਹੈਗੀ, ਉਹ ਤੁਹਾਨੂੰ ਮੈਂ ਐਂਡ ਤੇ ਦਿਖਾਉਂਗੀ। ਹਾਂਜੀ, ਹੁਣ ਤੁਸੀਂ ਦੇਖ ਸਕਦੇ ਆ ਕਿ ਰੈਡੀ ਹੈਗਾ, ਮੈਂ ਗੱਡੀ ਦੇ ਵਿੱਚ ਲਗਾਤਾ, ਇੱਥੇ ਪਿੰਨ ਵੀ ਲਗਾਏ ਆ ਜੇ ਤੁਹਾਨੂੰ ਨਿਗਾਹ ਪੈਂਦੇ ਆ ਸੈਂਟਰ ਦੇ ਵਿੱਚ। ਹਾਂਜੀ, ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਲਾਈਕ ਜ਼ਰੂਰ ਕਰ ਦਿਓ, ਨਾਲ ਨਾਲ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ, ਕਿਉਂਕਿ ਆਉਣ ਵਾਲੀਆਂ ਵੀਡੀਓਜ਼ DIY, ਡਿਕੋਰਸ, ਔਰਗਨਾਈਜੇਸ਼ਨ, ਬਹੁਤ ਸਾਰੀਆਂ ਵੀਡੀਓਜ਼ ਆ ਰਹੀਆਂ, ਸੋ ਉਹ ਮਿਸ ਨਾ ਕਰਿਓ। ਥੈਂਕ ਯੂ ਸੋ ਮੱਚ ਕੈਨੇਡਾ ਲਾਈਫ ਦੇਖਣ ਦੇ ਲਈ।